ਹਾਂਜੀ ਦੋਸਤੋ, ਕੀ ਹਾਲ ਚਾਲ ਹੈ? ਤੁਹਾਡੇ ਲਈ ਨਵੀਂ ਦੁਬਾਰਾ ਵੀਡੀਓ ਲੈ ਕੇ ਆਏ ਹਾਂ ਨੂਰਕਰ ਪੁਆਇੰਟ ਦੀ। ਜੋ ਜਾ ਕੇ ਨੂਰਕਰ ਪੁਆਇੰਟ ਬਹੁਤ ਜ਼ਿਆਦਾ ਫੇਮਸ ਹੋ ਚੁੱਕਿਆ ਹੈ ਅਤੇ ਸਾਡੀ ਵੀਡੀਓ ਨਾਲ, ਅਤੇ ਪਿੱਛੇ ਪਿੱਛੇ ਦੇਖ ਹੀ ਸਕਦੇ ਆਪਾਂ ਡੀਲਰਸ਼ਿਪ 'ਤੇ ਪਹੁੰਚੇ ਹੋਏ ਹਾਂ। ਅਤੇ ਅੱਜ ਬਾਈ ਨਾਲ ਵੀ ਗੱਲ ਕਰਾਂਗੇ, ਭਾਅ ਜੀ ਨਾਲ ਗੱਲ ਕਰਾਂ ਵੀ ਕਿਆ ਕਿਆ ਡੀਲਸ ਅੱਜ ਉਹਨਾਂ ਕੋਲ, ਅਤੇ ਵਧੀਆ ਤੋਂ ਵਧੀਆ ਗੱਡੀ ਦਿਖਾਉਂਗੇ ਤੁਹਾਨੂੰ, ਸਕੋਰਪੀਓ ਵੀ ਦਿਖਾਵਾਂਗੇ, ਜਿਹੜੀ ਗੱਡੀ ਕਹੋਗੇ ਉਹ ਦਿਖਾਵਾਂਗੇ, ਪ੍ਰੀਮੀਅਮ ਸੈਗਮੈਂਟ ਵੀ ਦਿਖਾਵਾਂਗੇ, ਅਤੇ ਬਾਈ ਨਾਲ ਗੱਲ ਕਰਦੇ ਹਾਂ। ਹਾਂਜੀ ਭਾਅ ਜੀ, ਕੀ ਹਾਲ ਚਾਲ ਹੈ? ਠੀਕ ਹੋ ਭਾਅ ਜੀ? ਅੱਜ ਕਿੰਨੀ ਗੱਡੀਆਂ ਸਟੋਕ ਆਪਣੇ ਕੋਲ? ਗੱਡੀਆਂ ਆਉਣੀਆਂ ਜਿੰਨੀਆਂ ਪਹਿਲਾਂ ਦੀਆਂ। ਅੱਛਾ, 30 ਗੱਡੀਆਂ ਸਟੋਕ ਹੈ? 30 ਗੱਡੀਆਂ। ਜੇ ਬਾਕੀ ਹੋਰ ਵੀ ਚਾਹੀਦੀ ਹੋਗੀ ਤੇ ਮਿਲ ਜੂਗੀ, ਸਾਰਾ ਮਿਲ ਜੂਗਾ ਮਹਾਰਾਜ, ਸਾਰਾ ਕੁਝ ਮਿਲ ਜੂਗਾ। ਮੰਨਵਾਗੇ। ਅੱਛਾ ਚਲੋ, ਆ ਦੱਸੋ ਪਹੁੰਚਣਾ ਕਿੱਥੇ ਬੰਦੇ ਨੇ? ਪਹੁੰਚਣਾ ਹੈਗਾ ਜੀ ਉਹ ਹੋਟਲ ਲਾਈਫ ਗ੍ਰੀਨ ਦੇ ਕੋਲ ਹੈ ਜੀ, SU2। ਠੀਕ ਹੈ, ਗ੍ਰੀਨ ਐਂਡ ਕਲੀਅਰ ਥਰਡ ਰੋਡ। ਚਲੋ ਠੀਕ ਹੈ, ਥਰਡ ਰੋਡ ਤੇ ਆ ਜਾਣਾ ਹੈ, ਫਿਰ ਮਿਲ ਜੂਗੀ ਲੋਕੇਸ਼ਨ ਹੈ, ਇੱਧਰ ਆ ਕੇ ਦੇਖ ਲਓ ਗੱਡੀਆਂ, ਜਿੱਥੇ ਜਿਹੜੀ ਗੱਡੀ ਚਾਹੀਦੀ ਹੈ ਆਤ ਰੱਖੇ ਉਹ ਮਿਲ ਜੂਗੀ। ਤੁਹਾਡਾ ਕੰਮ ਹੈ ਪੈਸੇ ਲੈ ਕੇ ਆਉਣਾ ਉਹਦੇ, ਤੇ ਬਿਨਾਂ ਟਾਈਮ ਗੋਏ ਆਪਾਂ ਪਹਿਲੀ ਗੱਡੀ ਸ਼ੁਰੂ ਕਰਦੇ ਆ। ਭਾਜੀ ਦੱਸੋ ਪਹਿਲੀ ਗੱਡੀ। ਪਹਿਲੀ ਗੱਡੀ ਸਕੋਰਪੀਓ ਤੇ ਚੱਲੋ ਕੱਲੋ ਸ਼ੁਰੂ ਆ ਜੀ। ਭਾਜੀ ਕਿਆ ਵੱਡਾ ਹਾਥੀ ਲਿਆ ਤੁਸੀਂ? ਵੱਡਾ ਕਿੰਨੇ ਇੰਚ ਦਾ ਅਲੋਇਬਲ ਪਏ ਇਹਨੂੰ? ਇਹ 20 ਇੰਚੀ ਲਾਈਟ ਆਰ ਪਏ ਮਹਾਰਾਜ। ਅੱਛਾ ਹਾਂਜੀ, ਕਿੰਨੇ ਤੱਕ ਦੇ ਅਲੋਇਬਲ? 2015 ਮਾਡਲ ਆ ਸਰ। ਹਾਂ, S10 ਹੈ ਜੀ। ਠੀਕ ਹੈ, ਇਹ ਗੱਡੀ ਦੇ ਦਾਂਗੇ 9.5 ਲੱਖ ਰੁਪਏ ਦੀ ਜੀ ਲਾਸਟ। 15 ਮਾਡਲ 9.5 ਲੱਖ ਰੁਪਏ ਦੀ? ਹਾਂਜੀ ਭਾਜੀ, ਆ ਨਹੀਂ ਮਿਲਨੀ ਮੇਰੇ ਸਾਹਮਣੇ ਡੀਲ ਸਾਰੀ ਉਹਦੀ ਗੱਡੀ। ਇਹ ਬੋਨਟ ਦੇਖ ਲਓ ਮੇਰੇ ਇੱਥੇ ਤੱਕ ਆ ਰਿਹਾ ਬਈ। ਹਾਂ ਬਿਲਕੁਲ ਆਊਗਾ ਜੀ, ਤਾਂ ਆਊਗਾ ਹੀ ਆਊਗਾ। ਲੈਂਡ ਕਰੂਜ਼ਰ ਜਿੰਨਾ ਬੋਨਟ ਕੀਤਾ ਹੋਇਆ ਬਈ। SUV ਖੜੀ ਹੈ ਜੀ 2014 ਮਾਡਲ ਜੀ। ਹਾਂਜੀ, ਫਸਟ ਓਨਰ ਆ, 50 ਨੰਬਰ ਦੀ PV23 ਨੰਬਰ ਦੀ। ਠੀਕ ਹੈ, ਇਹ ਗੱਡੀ ਦੇ ਦਾਂਗੇ ਤੁਹਾਨੂੰ, ਬਹੁਤ ਘੱਟ ਰੇਟ ਦੇ ਦਾਂਗੇ ਜੀ। ਘੱਟ ਰੇਟ? ਕਿੰਨੇ ਘੱਟ ਰੇਟ ਦੇ? 5.25 ਲੱਖ ਰੁਪਏ ਡਿਮਾਂਡ ਆ ਜੀ, 5 ਲੱਖ ਰੁਪਏ ਦੀ ਕਰ ਦੇ ਦਾਂਗੇ। ਅੱਛਾ, 5 ਤੋਂ ਵੀ ਥੱਲੇ ਹੋ ਜੂਗੀ? ਨਹੀਂ ਹੋਣੀ ਥੱਲੇ ਸਰ, 5 ਲੱਖ ਰੁਪਏ ਦੀ ਡੈਡ ਲਾਈਨ। ਜੇ ਕੋਈ 4.95 ਦੇ ਕੇ ਫਿਰ ਕੀ ਕਰੂੰਗਾ? ਗੱਲ ਨਹੀਂ ਕਰਾ ਦਾਂਗੇ ਮਹਾਰਾਜ, ਕਰਾ ਦੋਗੇ? ਮਤਲਬ ਹੋ ਗਈ 5 ਤੋਂ ਥੱਲੇ ਕਰਾ ਦੋਗੇ ਜੀ। ਠੀਕ ਹੈ, ਕਰੋ ਡੀਲ, ਕਰੋ ਡਨ, ਤੇ ਆ ਦੱਸੋ ਫਿਰ ਹੋਂਡਾ ਸਿਟੀ ਆ ਜਾਓ ਜੀ। ਹਾਂਜੀ, 2014 ਮਾਡਲ ਫਸਟ ਓਨਰ ਆ ਜੀ, ਸਾਰੀ ਓਰੀਜਨਲ ਆ। ਅੱਛਾ, 80-82 ਆ ਰਿਕਾਰਡ ਦੇ ਨਾਲ ਚੱਲੀ ਆ, ਸਨਰੂਫ ਵਾਲਾ ਮਾਡਲ ਆ ਜੀ। ਭਾਜੀ ਓਰੀਜਨਲ ਤਾਂ ਸਾਰੀ ਗੱਡੀਆਂ ਨੇ, ਸਾਨੂੰ ਐਕਸੀਡੈਂਟ ਨਹੀਂ ਚਾਹੀਦੀ ਬਸ। ਸਰ, ਸਾਰੀ ਗਾਰੰਟੀ ਹੋ ਗਈ ਐਕਸੀਡੈਂਟ ਦੀ, ਸਨਰੂਫ ਵਾਲਾ ਮਾਡਲ ਆ ਜੀ, ਪੁਸ਼ ਬਟਨ ਸਟਾਰਟ ਆ ਜੀ। ਠੀਕ ਹੈ, ਸਭ ਤੋਂ ਟਾਪ ਵਾਲਾ ਮਾਡਲ, ਡੀਜ਼ਲ ਪੁਸ਼ ਬਟਨ ਸਟਾਰਟ ਆ ਗਿਆ। ਹਾਂਜੀ ਹਾਂ, ਡੀਜ਼ਲ। ਤੇ ਭਾਜੀ ਕੀ ਇਹ ਸੋਹਣੀ ਫਿਰ ਕਿੰਨੀ ਡੀਲ ਪਊਗੀ ਆ? ਇਹ ਸਰ ਪਊਗੀ, ਆਪਾਂ 5.5 ਲੱਖ ਦੀ ਡਿਮਾਂਡ ਕਰਦੇ ਆ, 5.25 ਦੀ ਕਰ ਦੇਵਾਂਗੇ ਜੀ। ਸਾਰੇ ਫੁੱਲ ਜੀ, 5.5 ਲੱਖ ਦਾ ਬਜਟ, SUV ਵੀ ਕਰਤੀ ਸੈਡਾਨ ਵੀ ਕਰਤੀ, ਜਿਹੜੀ ਲੈ ਕੇ ਜਾਣੀ ਲੈ ਜਾਓ। ਬਿਲਕੁਲ ਜੀ ਬਿਲਕੁਲ। ਹੋਰ ਕਿਹੜੀ ਗੱਡੀ ਆਪਣੇ ਕੋਲ? ਬੈਂਟੋ ਖੜੀ ਆ ਜੀ। ਠੀਕ ਹੈ, 2014 ਮਾਡਲ ਆ ਜੀ। ਅੱਛਾ, 14 ਮਾਡਲ ਆ, ਅਲਾਇਟ ਆ, ਨਵਾਂ ਲੱਗਿਆ ਕਾਰ ਨੂੰ ਜੀ। ਅੱਛਾ, ਨਵੀਂ ਕਾਰ ਆ ਜੀ। ਹਾਂ, ਇਹਦੀ ਗੱਡੀ ਤੁਸੀਂ ਲਿਜਾ ਸਕਦੇ, ਬਹੁਤ ਸਾਰੀ ਓਰੀਜਨਲ ਆ ਡੀਜ਼ਲ ਚ। ਅੱਛਾ, 2014 ਜੀ, ਇਹ ਗੱਡੀ ਦੇ ਦਾਂਗੇ 3.5 ਲੱਖ ਰੁਪਏ ਦੀ ਜੀ। ਓਨਲੀ 3.5 ਲੱਖ ਰੁਪਏ ਜੀ। ਮਾਨਤਾਨ ਕਰਨਾ ਡਰਾਈਵਰ ਦਾ ਬੰਦੇ ਆ ਗਏ ਦਾ, ਮੈਂ ਕਹਿੰਦਾ ਟੈਂਸ਼ਨ ਨਾ ਲਓ, ਜੋ ਤੁਹਾਡੀ ਡਿਊਟੀ ਦੇ ਕੇ ਆਊਗਾ ਨਾ ਪੂਰਾ ਮਾਨ ਕਰਾਂਗੇ। ਚਲੋ ਠੀਕ ਹੈ, ਹਾਂਜੀ। ਤਾਂ ਅਗਲੀ ਦੱਸੋ, ਅਗਲੀ ਗੱਡੀ ਜਿਹੜੀ ਹੈ ਭਾਜੀ ਆਪਣੀ? ਗੱਡੀਆਂ ਸਰ ਖੜੀਆਂ ਆਪਣੇ ਕੋਲ, ਸਵਿਫਟ ਤੋਂ ਸ਼ੁਰੂ ਕਰ ਲੈਂਦੇ ਆ ਭਾਜੀ। ਕਿਦਾਂ ਥਾਰ ਵੀ ਚਾਹੀਦੇ ਅਵੇਲੇਬਲ ਕਰਾ ਦੋਗੇ? ਹਾਂ, ਥਾਰ ਵੀ ਮਿਲ ਜੂਗੀ ਸਰ। ਅੱਛਾ, ਫਿਰ ਆ ਦੱਸੋ ਸਵਿਫਟ ਯਾਰ। ਸਵਿਫਟ ਆ ਗਈ ਜੀ 2016 ਮਾਡਲ ਆ ਸਰ, ਇਹਦੇ ਲੋ ਪ੍ਰੋਫਾਈਲ ਟਾਇਰ ਆ, ਪਹਿਲਾਂ ਦੱਸ। ਹਾਂਜੀ ਹਾਂਜੀ, ਦਿਖਾਇਓ ਟਾਇਰ ਇਧਰੋਂ। 2016 ਮਾਡਲ ਆ, ਫਸਟ ਓਨਰ ਗੱਡੀ ਹੈ ਜੀ, VDI। ਹਾਂਜੀ, ਇਹਦੀ ਡਿਮਾਂਡ ਹੈਗੀ 5.5 ਲੱਖ ਰੁਪਏ ਦੀ। 5.5 ਲੱਖ ਦੀ? ਹਾਂਜੀ ਹਾਂਜੀ। ਤੇ ਹੋਰ ਹੋ ਜਾਊਗਾ? ਹੋ ਜਾਊਗਾ, ਮਾਨਤਾ ਹੋਰ 5 ਲੱਖ ਤੋਂ ਥੱਲੇ ਚਾਹੀਦੇ ਸਾਨੂੰ? ਨਹੀਂ ਨਹੀਂ, 5 ਦੇ ਉੱਪਰ ਹੋਊਗੀ ਜੀ, 5 ਦੇ ਉੱਪਰ ਹੀ ਹੋਊਗੀ। ਉਸ ਤੋਂ ਬਾਅਦ ਆ ਜਾਓ ਡੀਜ਼ਲ 'ਚ ਪੋਂਟੋ, ਫੀਅਟ ਪੋਂਟੋ, ਇਹਦੀ ਡਿਮਾਂਡ ਪੂਰੀ ਹੈ ਜੀ। ਸਾਰੀ ਓਰੀਜਨਲ ਗੱਡੀ ਆ, PV65 ਨੰਬਰ ਦੀ ਕਾਰ ਆ। ਠੀਕ ਹੈ, ਸਿਰਫ ਓਨਲੀ 1,75,000 ਰੁਪਏ ਦੀ ਕਰ ਦੇ ਦੂੰਗਾ ਜੀ, ਸਾਰੀ ਓਰੀਜਨਲ 1,75। ਹਾਂ, ਇਹ ਆਲਟੋ ਵੀ ਨਹੀਂ ਆਉਂਦੀ ਹੈਗੀ ਇਹਨੇ ਦੀ। ਚਲੋ ਠੀਕ ਹੈ, ਹੋਰ ਕੀ ਚਾਹੀਦਾ ਸਾਨੂੰ ਫਿਰ? ਹਨਾ ਭਾਈ, ਪੋਂਟੋ ਲੈ ਜਾਓ ਭਾਈ 1,75,000 ਰੁਪਏ ਦੀ ਭਾਜੀ, ਘਰ ਚਲਾਉਣ ਲਈ ਗੱਡੀ ਵਧੀਆ। ਹਾਂਜੀ ਹਾਂਜੀ, ਆਹ ਦੱਸੋ ਫਿਰ ਸਵਿਫਟ। ਸਵਿਫਟ ਹੈਗੀ 2013 ਮਾਡਲ, ਫਸਟ ਓਨਰ ਗੱਡੀ ਹੈ ਜੀ। ਠੀਕ ਹੈ, ਇਹ ਵੀ ਗੱਡੀ ਦੇ ਦਾਂਗੇ 3.5 ਲੱਖ ਰੁਪਏ ਦੀ ਜੀ। ਅੱਛਾ, ਐਡਵੋਕੇਟ ਦੀ ਗੱਡੀ ਸੀ? ਹਾਂਜੀ ਹਾਂਜੀ, ਐਡਵੋਕੇਟ ਦੀ ਕਾਰ ਹੈ। ਅੱਛਾ, 3.5 ਲੱਖ ਚ ਮਿਲ ਜੂਗੀ। ਚਲੋ ਠੀਕ ਆ, ਦੱਸੋ ਇਹ ਮਿਲ ਜੂ ਜੀ ਬ੍ਰੀਜਾ ਜੀ? ਭਾਜੀ ਇਹ ਕਲਰ ਬੜਾ ਰੇਅਰ ਆ ਯਾਰ। ਸਾਰੇ ਇਹ ਡਿਊਲ ਟੋਨ ਆ ਜੀ, ਡਿਊਲ ਟੋਨ ਇੰਟੀਰੀਅਰ, ਡਿਊਲ ਟੋਨ ਕਲਰ, ਜੈਡੀ ਪਲੱਸ ਆ, ਪੁਸ਼ ਬਟਨ ਸਟਾਰਟ ਆ। ਅੱਛਾ, 75,000 ਰਿਕਾਰਡ ਦੇ ਨਾਲ ਚੱਲੀ ਆ। ਠੀਕ ਹੈ, ਸਾਰੀ ਓਰੀਜਨਲ ਗੱਡੀ ਹੈ ਜੀ। ਠੀਕ ਹੈ, ਇੱਕੋ ਰੇਟ ਹੈ ਤਾਂ 6.5 ਲੱਖ ਰੁਪਏ ਦੀ ਕਰ ਦੇ ਦਾਂਗੇ ਜੀ। 6.5 ਲੱਖ ਰੁਪਏ? ਹਾਂਜੀ ਹਾਂਜੀ। ਹੋਰ ਹੋ ਜਾਊਗਾ?
ਨਹੋਰ ਨਹੀਂ ਹੁੰਦਾ ਜੀ ਮਨਦਾਨ ਆ ਦੱਸੋ ਫਿਰ ਆ ਜਾਓ ਆਟੋਮੈਟਿਕ ਇਹ ਗੱਡੀ ਦੇ ਦਾਂਗੇ ਜੈਡੀ ਮਾਡਲ ਹੈ ਜੀ ਹਾਂਜੀ ਸਿਰਫ ਓਨਲੀ 3 ਲੱਖ ਰੁਪਏ ਦੀ ਕਰ ਦੇ ਦਾਂਗੇ ਜੀ ਅੱਛਾ ਮੈਂ ਤਾਂ 3 ਤੋਂ ਥੱਲੇ ਬਣਾਉਣ ਦੀ ਸੋਚ ਰਿਹਾ ਸੀ ਬਸ 3 ਤੋਂ ਜੋ ਤੁਹਾਡੀ ਵੀਡੀਓ ਦੇਖ ਕੇ ਆਊਗਾ ਤਾਂ ਜ਼ਰੂਰ ਮਾਨਦਾਨ ਕਰਕੇ ਭੇਜਾਂਗੇ ਚਲੋ 5-10 ਹਜ਼ਾਰ ਦਾ ਨਾਰਮਲੀ ਹੋ ਹੀ ਜਾਊਗਾ ਕਰ ਲਾਂਗੇ ਜੀ ਆਹ ਦੱਸੋ ਫਿਰ ਆਹ ਹੋਂਡਾ ਸਿਟੀ ਆ ਗਈ 2017 ਮਾਡਲ ਹਾਂਜੀ ਉਸ ਵੇਲੇ ਸਟਾਰਟ ਆ ਜੀ ਇਹ ਟੱਚ ਵਾਲਾ ਪ੍ਰੇਲ ਲੱਗਿਆ ਜੀ ਸਾਰੀ ਓਰੀਜਨਲ ਆ ਪੈਟਰੋਲ ਅੱਛਾ ਹਾਂਜੀ ਤੇ ਹੋਰ ਦੱਸੋ ਇਹਦੀ ਫਿਰ ਡੀਲ ਕਿਆ ਪਊਗੀ ਡੀਲ ਦੀ 7.5 ਦੀ ਡਿਮਾਂਡ ਆ ਜੀ ਹਾਂਜੀ 7 ਲੱਖ ਰੁਪਏ ਦੀ ਕਰ ਦੇ ਦਾਂਗੇ ਜੀ ਪੈਟਰੋਲ ਦੀ ਗੱਡੀ ਸਾਰੀ ਗੱਡੀਆਂ ਮਿਲ ਰਹੇ ਸਾਰੇ ਪਵਾ ਕੇ ਦੇ ਭਾਜੀ ਮਿਲਦੇ ਨੀ ਹੈਗੇ ਪਵਾ ਕੇ ਅੰਦਰ ਫੋਟੋ ਕਰ ਦਿਓ ਕੋਈ ਦਿੱਕਤ ਨੀ ਹਾਂਜੀ ਹਾਂਜੀ ਫਸਟ ਓਨਰ ਗੱਡੀ ਆ ਡਿਮਾਂਡ ਹੈਗੀ 6.5 ਲੱਖ ਰੁਪਏ ਦੀ 6.5 ਲੱਖ ਦੀ 19 ਮਾਡਲ ਪੈਟਰੋਲ 19 ਮਾਡਲ ਹਾਂਜੀ ਚਲੋ ਠੀਕ ਆ ਠੀਕ ਆ ਦੱਸੋ i20 ਹੈ ਜੀ 2017-18 ਠੀਕ ਹੈ ਪੈਟਰੋਲ ਦੀ 48,000 ਚੱਲੀ ਆ ਅੱਛਾ ਇਹ ਡਿਮਾਂਡ ਹੈਗੀ 5.5 ਲੱਖ ਰੁਪਏ ਦੀ 5.5 ਲੱਖ ਦੀ ਹੋਰ ਹੋ ਜਾਊਗਾ ਮਾਰਤਾਣਾ ਹੋਰ ਕਰ ਦਾਂਗੇ ਲਾਜ਼ਮੀ ਚਲੋ ਹੋਰ ਹੋ ਜਾਊਗਾ ਆ ਬਰੀਜ਼ਾ ਦੱਸੋ ਬਰੀਜ਼ਾ ਹੈਗੀ 2018 ਮਾਡਲ ਫਸਟ ਓਨਰ ਗੱਡੀ ਆ ਠੀਕ ਸਾਰੀ ਓਰੀਜਨਲ ਆ ਪੀਵੀ 27 ਨੰਬਰ ਦੀ ਕਾਰ ਆ ਠੀਕ ਹੈ ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 8.25 ਦੀ ਡਿਮਾਂਡ ਕਰਦੇ ਆ ਜੀ ਹਾਂ 7,75,000 ਰੁਪਏ ਦੀ ਕਰ ਦੇ ਦਾਂਗੇ ਲਾਸਟ 7.75 ਦੀ ਹਾਂਜੀ ਹਾਂ ਭਾਜੀ ਅਲੋਇਬਲ ਪਏ ਆ ਟਾਇਰ ਵੀ ਬੜੇ ਹਾਈ ਪ੍ਰੋਫਾਈਲ 8 ਲੱਖ ਦੇ ਦਿਓ ਸਰ ਚਲੋ ਠੀਕ ਹੈ ਆ ਦੇ ਦਿਓ ਤੇ ਆ ਜੋ ਆਪਣੀ ਟਿਆਗੋ ਟਾਟਾ ਦੀ ਡੀਜ਼ਲ ਚ 2017 ਮਾਡਲ ਆ ਅੱਛਾ ਫਸਟ ਓਨਰ ਗੱਡੀ ਹੈ ਹਾਂ ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ ਓਨਲੀ 3.5 ਲੱਖ ਰੁਪਏ ਦੀ ਕਾਰ 3.5 ਲੱਖ ਦੀ ਵੀਡੀਓ ਚ ਤਾਂ 4 ਲੱਖ ਰੁਪਏ ਦੀ ਹੋ ਜੂਗੀ ਜੀ ਅੱਛਾ 4 ਲੱਖ ਦੀ ਹੋ ਜਾਊਗੀ ਏਦਾਂ ਨਾ ਕਰੋ ਭਾਜੀ ਤੁਹਾਨੂੰ ਡਿਸਕਾਊਂਟ ਚਾਹੀਦਾ ਆ ਦੱਸੋ ਪਹਿਲਾਂ ਲੈਂਟਰਾ ਇਹ ਆ ਗਈ ਜੀ ਲੈਂਟਰਾ ਹਾਂਜੀ 2014 ਮਾਡਲ ਆ ਫਸਟ ਓਨਰ ਗੱਡੀ ਆ ਅੱਛਾ ਹਾਂਜੀ ਵੈਲਟੀਨੇਟਰ ਸੀਟਾਂ ਵਾਲੀ ਆ ਟਾਪ ਵਾਲਾ ਮਾਡਲ ਆ ਇਹ ਅੱਛਾ ਇਹ ਗੱਡੀ ਦੇ ਦੂੰਗਾ ਜੀ ਆਪਾਂ 5.5 ਦੀ ਡਿਮਾਂਡ ਕਰਦੇ ਆ 5.25 ਦੀ ਕਰ ਦੇ ਦਾਂਗੇ 5-25 ਦੀ 5-25 ਦੀ ਚਲੋ ਹੋਰ ਮਾਨਸਮਾਨ ਮੌਕੇ ਤੇ ਤਿਆਰ ਹੋ ਜਾਊਗਾ ਮਾਡਲ ਕਰ ਦਾਂਗੇ ਜੀ ਆ ਜੀ ML 2013 ਮਾਡਲ ਹੈ ਜੀ ਫਸਟ ਓਨਰ ਗੱਡੀ ਆ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ 15.5 ਲੱਖ ਰੁਪਏ ਦੀ ਅਜੀ ਪਿਛਲੀ ਵੀਡੀਓ 14.5 ਬੋਲੀ ਸੀ ਨਾ 14.5 ਨਹੀਂ 15.5 ਹੀ ਬੋਲੀ ਦੇਖੋ ਆਪਣੇ 14.5 ਖਿੱਚ ਦੋ ਸਰ 14.5 ਦੇ ਦਾਂਗੇ ਹੋਰ ਦੱਸੋ ਚਲੋ 14.5 ਦੀ ਮਿਲ ਜੂਗੀ ML ਮਰਸੀਡਿਸ ਇਹ ਆ ਜੋ ਜੀ ਇਹ ਤਾਂ ਸੇਲ ਹੋ ਗਈ ਜੀ ਸੇਲ ਹੋ ਗਈ ਹਾਂਜੀ ਉਹ ਵਰਗਾ ਬਈ ਸੇਲ ਹੋ ਗਈ ਇਹ ਸੇਲ ਹੋ ਗਈ ਆ ਦੱਸੋ ਫਿਰ ਇਹ ਆ ਜੋ Q3 ਜੀ ਆਡੀ ਅੱਛਾ 2013 ਮਾਡਲ ਹੈ ਜੀ ਅੱਛਾ 9.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਸਾਰੀ ਓਰੀਜਨਲ ਗੱਡੀ ਆ 9.5 ਲੱਖ ਰੁਪਏ ਦੀ 9.5 ਲੱਖ ਰੁਪਏ ਥੋੜਾ ਬਹੁਤ ਹੋ ਜਾਊਗਾ ਕਰਦਾਂਗੇ ਮਾੜਾ ਮੋਟਾ ਥੋੜੀ ਗੱਡੀ ਦੇਖ ਕੇ ਆਊਗਾ ਨਾ ਵੀਡੀਓ ਦੇਖ ਕੇ ਜਰੂਰ ਦਵਾਂਗੇ ਆਪਾਂ ਮਾਨ ਨਾਲੇ ਸਿਰਫ ਵੀਡੀਓ ਦੇਖ ਕੇ ਨਹੀਂ ਗੱਡੀ ਦੇਖਣ ਵੀ ਆ ਜਾਓ ਨਾਰਮਲ ਗੱਡੀ ਬਹੁਤ ਬੈਰੀ ਹੈ ਗੱਡੀਆਂ ਸਾਫ ਸੁਥਰੀ ਆਪਣੇ ਕੋਲ ਤੋ ਦੋਸਤੋ ਜਿੱਦਾਂ ਕਿ ਤੁਸੀਂ ਵੀਡੀਓ ਦੇਖ ਲਈ ਹੈ ਤੇ ਭਾਜੀ ਇੱਕ ਵਾਰ ਫੋਨ ਨੰਬਰ ਬੋਲਿਓ ਫੋਨ ਨੰਬਰ ਹੈਗਾ ਜੀ 9988 ਠੀਕ ਹੈ 092 029 029 ਇਸ ਨੰਬਰ ਤੇ ਕਦੇ ਵੀ ਕੰਟੈਕਟ ਕਰ ਲਓ ਹਾਂਜੀ ਹਾਂ ਕੋਈ ਗੱਡੀ ਦੀ ਫੋਟੋ ਚਾਹੀਦੀ ਹੋਗੀ ਉਹ ਵੀ ਤੁਹਾਨੂੰ ਭੇਜ ਦਾਂਗੇ ਭੇਜ ਦੂੰਗੇ ਭਾਈ ਹਾਂਜੀ ਹਾਂ ਜੇ ਰਹਿਣ ਵਾਸਤੇ ਕੋਈ
ਦੂਰੋਂ ਕਸਟਮਰ ਆਉਂਦਾ ਠੀਕ ਹੈ, ਨਾਲ ਹੋਟਲ ਹਾਈਵੇ ਗ੍ਰੀਨ ਹਾਊਸ ਸਟੇ ਵੀ ਦਉਂਗੇ ਜੀ, ਸਟੇ ਦਉਂਗੇ, ਸਾਰੀ ਫੈਸਿਲਿਟੀ ਮਿਲੂਗੀ, ਸਾਰੀ ਮਿਲੂਗੀ ਜੀ, ਲੋਨ ਵੀ ਹੈਗਾ ਜੀ ਆਪਣੇ ਕੋਲ, ਸਾਰਾ ਕੁਝ ਕਰਾ ਕੇ ਦਵਾਂਗੇ। ਅੱਛਾ ਚਲੋ ਠੀਕ ਹੈ, ਸਾਰਾ ਕੁਝ ਤੁਹਾਨੂੰ ਮਿਲ ਜੂਗਾ, ਰਹਿਣ ਨੂੰ ਵੀ ਮਿਲ ਜੂਗਾ, ਜਿਹਨੂੰ ਗੱਡੀ ਚਾਹੀਦੀ ਹੋਏਗੀ ਭਾਜੀ ਨੂੰ ਐਡਵਾਂਸ ਵੀ ਦੇ ਸਕਦੇ ਹੋ, ਬਿਲਕੁਲ ਜੀ, ਗੱਡੀ ਭਾਜੀ ਸਾਈਡ ਤੇ ਖੜੀ ਕਰ ਦੂੰਗੇ ਤੁਹਾਡੀ, ਬਿਲਕੁਲ ਸਹੀ ਜੀ। ਤੇ ਭਾਜੀ ਬਹੁਤ ਮਜ਼ਾ ਆਇਆ ਡੀਲ ਲੈ ਕੇ ਅੱਜ, ਠੀਕ ਹੈ, ਹੋਰ ਕੋਈ ਗੱਡੀ ਚਾਹੀਦੀ ਤਾਂ ਦੱਸ ਦਿਓ, ਠੀਕ ਹੈ। ਤਾਂ ਦੋਸਤੋ ਇਹ ਤਾਂ ਅੱਜ ਦੀ ਵੀਡੀਓ ਚ ਮਿਲਦੇ, ਅਗਲੀ ਵੀਡੀਓ, ਥੈਂਕਸ ਫੋਰ ਵਾਚਿੰਗ।